ਤੁਸੀਂ ਮੈਨੂੰ ਮਾਣ ਬਖਸ਼ਿਆ ਹੈਗਾ। ਮੈਂ ਤਾਂ ਇੱਕ ਮਤਲਬ ਲੋਕਾਂ ਦਾ ਸੇਵਕ ਹੈਗਾ ਇੱਥੇ, ਮੈਨੂੰ ਸੇਵਾ ਦਾ ਮੌਕਾ ਸਰਕਾਰ ਨੇ ਬਖਸ਼ਿਆ, ਬਟ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਂ ਜਿਹੜੇ ਵੀ ਕੋਈ ਮਨਸੂਬੇ ਬਣਾਏ, ਉਹ ਪੇਪਰ ਦੇਣ ਦਾ ਹੋਵੇ ਜਾਂ ਹੋਰ ਕਿਸੇ ਮਹਿਕਮੇ 'ਚ ਨੌਕਰੀ ਕਰਨ ਦਾ ਹੋਵੇ ਜਾਂ IAS ਦੇ ਵਿੱਚ ਵੀ, ਮੈਨੂੰ ਬੜੇ ਮਾਣ ਸਨਮਾਨ ਵਾਲੀਆਂ ਜਿਹੜੀਆਂ ਨੌਕਰੀਆਂ ਨੇ ਉਹ ਕਰਨ ਦਾ ਮੌਕਾ ਮਿਲਿਆ। ਖਾਸ ਮੁਲਾਕਾਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਰਜੇਸ਼ ਮਹਿਰਾ। ਇਸ ਪ੍ਰੋਗਰਾਮ ਵਿੱਚ ਅਸੀਂ ਮਹਾਨ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਆ ਰਹੇ ਹਾਂ। ਅੱਜ ਇੱਕ ਹੋਰ ਮਹਾਨ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ, ਜਿਨ੍ਹਾਂ ਨੇ ਆਪਣਾ ਹੀ ਨਹੀਂ, ਪੰਜਾਬ ਦਾ ਨਹੀਂ, ਬਾਕੀ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਦਾ ਨਾਂ ਪੂਰੇ ਦੇਸ਼ ਅੰਦਰ ਰੌਸ਼ਨ ਕੀਤਾ, ਅਤੇ ਉਹਨਾਂ ਨੇ ਸਿੱਧ ਕਰ ਦਿੱਤਾ ਕਿ ਗਿਆਨ ਕਿਸੇ ਭਾਸ਼ਾ ਦਾ ਮੁਤਾਜ਼ ਨਹੀਂ ਹੁੰਦਾ। ਇਹਨਾਂ ਨੇ ਇੱਕ ਰੋਲ ਮਾਡਲ ਵੀ ਸੈੱਟ ਕੀਤਾ, ਜਿਹੜੇ ਅੱਜ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ, ਆਪਣੀ ਮੁੱਢਲੀ ਸਿੱਖਿਆ ਸਰਕਾਰੀ ਸਕੂਲ 'ਚ ਲੈ ਕੇ IAS ਕਲੀਅਰ ਕਰਕੇ ਟੌਪ ਕਰਕੇ ਦੱਸ ਦਿੱਤਾ ਕਿ ਅੱਜ ਮੈਂ DC ਦੇ ਅਹੁਦੇ 'ਤੇ ਵੀ ਪਹੁੰਚ ਚੁੱਕਿਆ ਅਤੇ ਹੋਰ ਵੀ ਅੱਗੇ ਪਹੁੰਚ ਸਕਦਾ ਅਗਰ ਤੁਹਾਡੇ ਅੰਦਰ ਗਿਆਨ ਹੈ, ਹੁਨਰ ਹੈ। ਤੁਹਾਡਾ ਰੂਬਰੂ ਕਰਾਵਾਂਗਾ। ਇਹਨਾਂ ਨੇ ਪੰਜਾਬੀ ਭਾਸ਼ਾ ਵਿੱਚ ਸਿਵਲ ਸਰਵਿਸਿਸ ਅਤੇ IAS ਦੀ ਜਿਹੜੀਆਂ ਪ੍ਰੀਖਿਆਵਾਂ ਦਿੱਤੀਆਂ ਉਹ ਵੀ ਪੰਜਾਬੀ ਭਾਸ਼ਾ ਦਿੱਤੀਆਂ ਅਤੇ ਦੇਸ਼ ਦੇ ਅੰਦਰ ਪਹਿਲੇ ਵਿਅਕਤੀ ਹੋਣ ਦਾ ਗੌਰਵ ਵੀ ਹਾਸਲ ਕੀਤਾ। ਆਓ ਤੁਹਾਨੂੰ ਰੂਬਰੂ ਕਰਾ ਦਿੰਦਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਜੀ ਨਾਲ। ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਜੀ। ਸਰ, ਜਿਸ ਤਰ੍ਹਾਂ ਕਿ ਤੁਸੀਂ ਮੋਹਾਲੀ ਦੇ ਪਿੰਡ ਭਾਗਸ ਵਿੱਚੋਂ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਹੁਣ ਤੱਕ ਅੱਜ ਜਿਹੜਾ ਸਫ਼ਰ ਹੈ ਤੁਹਾਡਾ DC ਤੱਕ ਪਹੁੰਚ ਚੁੱਕਿਆ, ਕਿਸ ਤਰੀਕੇ ਦੀਆਂ ਚੈਲੇਂਜਸ ਰਹੀਆਂ ਨੇ ਤੁਹਾਡੇ ਇਸ ਸਫ਼ਰ ਦੇ ਵਿੱਚ ਔਰ ਇਸ ਮੁਕਾਮ ਤੱਕ ਪਹੁੰਚਣ 'ਤੇ? ਪਹਿਲਾਂ ਤਾਂ ਮੈਂ ਓਡਾ ਮਹਾਨ ਨਹੀਂ ਜਿੰਨੀ ਤੁਸੀਂ ਮੈਨੂੰ ਮਾਣ ਬਖਸ਼ਿਆ ਹੈਗਾ। ਮੈਂ ਤਾਂ ਇੱਕ ਮਤਲਬ ਲੋਕਾਂ ਦਾ ਸੇਵਕ ਹੈਗਾ ਇੱਥੇ, ਮੈਨੂੰ ਸੇਵਾ ਦਾ ਮੌਕਾ ਸਰਕਾਰ ਨੇ ਬਖਸ਼ਿਆ, ਬਟ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਂ ਜਿਹੜੇ ਵੀ ਕੋਈ ਮਨਸੂਬੇ ਬਣਾਏ, ਉਹ ਪੇਪਰ ਦੇਣ ਦਾ ਹੋਵੇ ਜਾਂ ਹੋਰ ਕਿਸੇ ਮਹਿਕਮੇ 'ਚ ਨੌਕਰੀ ਕਰਨ ਦਾ ਹੋਵੇ ਜਾਂ IAS ਦੇ ਵਿੱਚ ਵੀ, ਮੈਨੂੰ ਬੜੇ ਮਾਣ ਸਨਮਾਨ ਵਾਲੀਆਂ ਜਿਹੜੀਆਂ ਨੌਕਰੀਆਂ ਨੇ ਉਹ ਕਰਨ ਦਾ ਮੌਕਾ ਮਿਲਿਆ। ਮੇਰੀ ਜਿਹੜੀ ਸ਼ੁਰੂਆਤ ਹੈ, ਭਾਗਸੀ ਪਿੰਡ ਹੈ ਜਿਹੜਾ, ਇਹ ਡੇਰਾਬਸੀ ਕਸਬਾ ਹੈਗਾ, ਹੁਣ ਸਬ ਡਿਵੀਜ਼ਨ ਹੈ ਮੋਹਾਲੀ ਜ਼ਿਲ੍ਹੇ 'ਚ। ਪਹਿਲਾਂ ਜਦੋਂ ਮੇਰਾ ਜਨਮ ਹੋਇਆ ਉਸ ਵੇਲੇ ਤਾਂ ਪਟਿਆਲੇ ਜ਼ਿਲ੍ਹੇ ਦਾ ਹੀ ਹਿੱਸਾ ਸੀ, ਉਦੋਂ ਮੋਹਾਲੀ ਇੰਨਾ ਵਿਕਸਿਤ ਨਹੀਂ ਸੀ, ਬਟ ਹੁਣ ਨੁਹਾਰ ਬਦਲ ਗਈ ਹੈ ਉਸ ਏਰੀਏ ਦੀ। ਸਾਡੇ ਪਿੰਡ ਦੇ ਵਿੱਚ ਜਿਹੜਾ ਹੈਗਾ ਮਿਡਲ ਸਕੂਲ ਤੱਕ ਹੀ ਸੀ, ਬਟ ਮੈਂ ਪ੍ਰਾਈਮਰੀ ਦੀ 1-2 ਕਲਾਸ ਉੱਥੋਂ ਪੜ੍ਹਿਆ। ਉਸ ਤੋਂ ਬਾਅਦ ਮੇਰੇ ਮਾਤਾ ਪਿਤਾ ਦੇ ਟੀਚਰ ਹੋਣ ਕਰਕੇ ਜਿੱਥੇ ਜਿੱਥੇ ਵੀ ਉਹਨਾਂ ਦੀਆਂ ਬਦਲੀਆਂ ਹੋਈਆਂ, ਉਹਨਾਂ ਨੇ ਕੁਝ ਸਮਾਂ ਜਿਹੜੀ ਸੇਵਾ ਹੈਗੀ ਹੈ ਘਨੌਰ ਲਾਗਲੇ ਪਿੰਡਾਂ 'ਚ ਕੀਤੀ। ਘਨੌਰ ਜਿਹੜਾ ਕਸਬਾ ਅੱਜ ਵੀ ਪਟਿਆਲੇ ਜ਼ਿਲ੍ਹੇ 'ਚ ਹੈਗਾ, ਉੱਥੋਂ ਮੈਂ 5ਵੀਂ ਦੀ ਪ੍ਰੀਖਿਆ, 8ਵੀਂ ਦੀ ਪ੍ਰੀਖਿਆ ਘਨੌਰ ਦੇ ਲਾਗੇ ਹੀ ਜ਼ਿਲ੍ਹੇ ਪਟਿਆਲੇ ਦਾ ਪਿੰਡ ਹੈ ਕਾਮੀ ਕਲਾਂ, ਅਤੇ ਉਸ ਤੋਂ ਬਾਅਦ ਜਿਹੜੀ 9ਵੀਂ ਜਮਾਤ ਜਿਹੜੀ ਹੈਗੀ ਹੈ ਮੈਂ, ਅਤੇ 10ਵੀਂ ਉਹ ਲੱਛੜੂ ਕਲਾਂ ਕਰਕੇ ਇੱਕ ਪਿੰਡ ਹੈਗਾ, ਉਹ ਪਟਿਆਲੇ ਜ਼ਿਲ੍ਹੇ ਦਾ, ਕਿਉਂਕਿ ਮੇਰੇ ਪਿਤਾ ਜੀ ਦੀ ਪੋਸਟਿੰਗ ਉੱਥੇ ਸੀ, ਉੱਥੇ ਮੈਂ ਪੜ੍ਹਿਆ। ਉਸ ਤੋਂ ਬਾਅਦ ਮੈਂ ਆਪਣੀ ਜਿਹੜੀ +1 +2 ਹੈ, ਕਿਉਂਕਿ ਸਾਨੂੰ ਘਨੌਰ ਤੋਂ ਜਿਹੜਾ ਅੰਬਾਲਾ ਨੇੜੇ ਪੈਂਦਾ ਸੀਗਾ, ਔਰ ਮੈਂ +1 +2 ਉੱਥੋਂ SC JN ਕਾਲਜ ਤੋਂ ਕੀਤੀ, ਅਤੇ ਫਿਰ ਉਸ ਤੋਂ ਬਾਅਦ ਮੈਂ ਜਿਹੜੀ ਆਪਣੀ ਇੰਜੀਨੀਅਰਿੰਗ ਹੈ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਮੈਂ ਸਿੱਖਿਆ ਗ੍ਰਹਿਣ ਕੀਤੀ। ਅਤੇ ਜਿੱਥੋਂ ਤੱਕ ਰਹੀ ਚੈਲੇਂਜਿਸ ਦੀ ਗੱਲ, ਔਫਕੋਰਸ ਪਿੰਡਾਂ ਦੇ ਵਿੱਚ ਜਿਹੜਾ ਸਕੂਲਾਂ ਦੀ ਵੀ ਲਿਮਿਟੇਸ਼ਨ ਹੈ, ਟੀਚਰਸ ਦੀ ਵੀ ਲਿਮਿਟੇਸ਼ਨਸ ਨੇ, ਸਾਰਾ ਕੁਛ ਹੈਗਾ, ਬਟ ਉਹਦੇ ਨਾਲੋਂ ਨਾਲ ਮੇਰੇ ਲਈ ਸੌਖਾ ਵੀ ਇਹ ਸੀ ਕਿ ਮੇਰੇ ਮਾਤਾ ਪਿਤਾ ਦੋਨੇ ਟੀਚਰ ਸੀ, ਖਾਸ ਕਰ ਮੇਰੇ ਮਾਤਾ ਜੀ ਸ਼੍ਰੀਮਤੀ ਰਾਮਮੂਰਤੀ ਜਿਹੜੇ ਕਿ ਹੁਣ ਸਵਰਗਵਾਸੀ ਨੇ, ਉਹਨਾਂ ਦਾ ਕਾਫੀ ਵੱਡਾ UGVT ਟੀਚਰ ਸੀਗੇ, ਉਹ ਪ੍ਰਾਇਮਰੀ ਸਕੂਲਾਂ ਨੂੰ ਪੜ੍ਹਾਉਂਦੇ ਸੀ, ਅਤੇ ਉਹਨਾਂ ਦੀ ਕਾਫੀ ਕੰਟਰੀਬਿਊਸ਼ਨ ਰਹੀ ਮੈਨੂੰ ਪੜ੍ਹਾਉਣ 'ਚ। ਔਰ ਮੇਰੇ ਪਿਤਾ ਜੀ ਵੀ, ਕਿਉਂਕਿ ਉਹ ਹਾਇਰ ਕਲਾਸਿਸ ਨੂੰ ਡਰਾਇੰਗ ਐਂਡ ਆਰਟ ਐਂਡ ਕ੍ਰਾਫਟ ਪੜ੍ਹਾਉਂਦੇ ਸੀ, ਅਤੇ ਇਹਨਾਂ ਦੋਨਾਂ ਨੇ ਮੈਨੂੰ ਕਾਫੀ ਚੇਟਕ ਲਾਇਆ ਪੜ੍ਹਨ ਦਾ ਔਰ ਪ੍ਰੇਰਿਤ ਕੀਤਾ। ਜਿਸ ਤਰ੍ਹਾਂ ਕਿ ਤੁਹਾਡੀ ਸਕਾਰਾਤਮਕ ਸੋਚ ਹੈ, ਪੋਜ਼ਿਟਿਵ ਸੋਚ ਹੈ, ਇਹਨੂੰ ਲੈਂਦੇ ਹੋਏ ਤੁਸੀਂ ਅੱਜ ਇਸ ਮੁਕਾਮ 'ਤੇ ਪਹੁੰਚੇ ਨੇ, ਅਤੇ ਖਾਸ ਕਰਕੇ ਅੱਜ ਜਦੋਂ ਤੁਸੀਂ ਥੋੜ੍ਹੇ ਮਹੀਨੇ ਹੋਏ ਹਜੇ ਲੁਧਿਆਣਾ ਦੀ ਬਾਗਡੋਰ ਸੰਭਾਲੇ, ਮਹਾਨਗਰ ਦੀ ਬਾਗਡੋਰ ਸੰਭਾਲੇ ਹੋਏ, ਤੁਹਾਡੀ ਵੀ ਆਪਣੀ ਇੱਕ ਵਿਜ਼ਨ ਹੋਏਗਾ, ਇੱਕ ਸੋਚ ਹੋਏਗੀ, ਕੀ ਦੇਖਣਾ ਚਾਹੁੰਦੇ ਹੋ ਲੁਧਿਆਣੇ ਨੂੰ ਕਿੱਥੇ ਤੱਕ ਲਿਜਾਣਾ ਚਾਹੁੰਦੇ ਹੋ? ਦੇਖੋ, ਇੱਦਾਂ ਹੈ, ਲੁਧਿਆਣਾ ਦਾ ਖੈਰ ਬਹੁਤ ਵੱਡਾ ਸ਼ਹਿਰ ਹੈ, ਸਨਅਤੀ ਸ਼ਹਿਰ ਹੈ, ਔਰ ਇੱਕ ਮੈਟਰੋਪੋਲੀਟਨ ਕਹਿ ਲਈਏ ਪੰਜਾਬ ਦੇ ਹਿਸਾਬ ਨਾਲ, ਪੰਜਾਬ ਦੀ ਜਿਹੜੀ ਆਰਥਿਕ ਰਾਜਧਾਨੀ ਵੀ ਹੈ। ਔਰ ਮੈਨੂੰ ਬੜਾ ਇਸ ਗੱਲ ਦੀ ਤਸੱਲੀ ਹੈ ਕਿ ਇੰਨੇ ਚੈਲੇਂਜਿੰਗ
शहर दे विच मैनूं काम करन दा मौका मिलिया। एक तां इह है कि एडे वड्डे शहरां च रातों रात नहीं कोई चेंज हो जांदा, बट एक फिर भी तुसीं मेरे तों पहले अफसरां ने भी काम कीता, अगे भी जारी रहेगा। बट मैं जिहड़ा मुख तौर पर समझदा हैगा कि किसी भी सनती शहर का जिहड़ा विकास हैगा उहदे च इक तां इह है वी नवें सनती खेत्र है जिहड़े उह अगे आउण। पहली गल उहदे च साडी हीरो साइकिल वैली दा और कूम कला दा जिहड़ा टैक्सटाइल पार्क है उहदा मेरे तों पहलां ही मेरे प्रीडिसेसर्स ने काम शुरू कीता सी, असीं इस नूं अगे होर वधाया। जिवें साइकिल वैली दा मैनूं जिवें कि दस्सिया गया है कि हीरो ग्रुप वल्लों जिहड़ा 100 acres दा प्लांट हैगा उत्थे अगस्त 31 अगस्त तक पहला जिहड़ा साइकिल है उहदी प्रोडक्शन स्टार्ट हो जाएगी। उहनां नूं फैसिलिटेट करन लई भावां दी उह चौड़ी सड़क बनाउण दा काम होवे जां होर जिहड़ियां पुल बनाउण दा काम होवे, बुढ़े नाले दे उप्पर बड़ी जोर नाल चल रिहा और इहनूं असीं इस साल दे एंड तक साइकिल वैली नूं फंक्शनल कर देंगे। रालसन दा वी यूनिट उत्थे आण जा रिहा और जदों असीं इहनूं अगे तैयार कर देंगे तां होर यूनिट्स वी उत्थे आउणगे। जित्थों तक कूम कलां दा जिहड़ा प्रोजैक्ट हैगा उहदी वी असीं लैंड जिहड़ी लैण दा पिंडां दी सहमती दे नाल 1000 acres दे करीब लैंड ऑलरेडी लै ली है। उहदी जिहड़ी अगे प्लैनिंग हैगी है उहदे विच केंद्र सरकार नूं ऑलरेडी भेजिया जा चुक्या टैक्सटाइल पार्क दा, और इस तों पहलां कि इह कीता जावे उत्थे जिहड़ी हैगी है सतलुज दरिया दा जिहड़ा बन हैगा उहनूं होर पक्के करन दा जिहड़ा प्रोजैक्ट हैगा उह पहलां ही पूडा दे राहीं जिहड़ा सिंचाई विभाग है उहनां दे नाल असीं वर्कआउट कर रहे हां। होर साल च मई तक उहदा काम शुरू हो जाएगा ताकि इह जिहड़ा प्रोजैक्ट है हड़ दी मार हेठां ना आवे। और क्योंकि लुधियाणा दी जिहड़ी इंटरनेशनल पछाण है उह हौज़री करके है, तो इस खेत्र वल नूं राहों रोड वल नूं पहलां तों ही जिहड़ियां हैगियां हौज़री दी इंडस्ट्री जा रही है, और जदों इह 1000 acres दा प्रोजैक्ट आएगा तां इक बहुत वड्डा हुलारा इत्थों दी इकोनमी नूं मिलेगा। तीजी जिहड़ी चीज़ हुंदी है किसी भी सनती शहर दी उह हुंदा है कि उत्थों दे जिहड़े इंफ्रास्ट्रक्चर है उह किद्दां दा हैगा। उस इंफ्रास्ट्रक्चर दे तहत साडे शहर दे विच तुसीं देखदे होवोंगे कि काफ़ी ज़्यादा कंजेशन हैगी है। उहदे लई मानयोग इत्थों दे जिहड़े मंत्री साहब ने और MLA साहिबान ने मुख्यमंत्री साहब ने उन्हां ने पहलां तों बहुत सारे प्रोजैक्ट विढ़े होए ने जिन्हां च कि तुहाडा एलीवेटड रोड का प्रोजैक्ट होए और रिंग रोड का प्रोजैक्ट होए। इन्हां प्रोजैक्टां नूं जिहड़ी कि रिंग रोड लाडोवाल तक बन रही है इन्हां प्रोजैक्टां नूं समय सिर डिलीवर कराना इह वी इक चैलेंज है। लाडोवाल वाला तां चलो नेड़े ही लग गया, बट एलीवेटड रोड का प्रोजैक्ट पहलां स्लो सीगा, इहनूं असीं तेज़ करन दी कोशिश कर रहे हैं। बट इन्हां चों वी इक जिहड़ा कॉन्ट्रैक्टर है उहदा काम तसली बख्श है, पर दूजे का काम अजे भी साडी तसली मुताबक नहीं, बट असीं उहदे मगर पए हैं। तीजी गल इह है कि इह सारा कुछ बना के भी लुधियाणा दी जिहड़ी कंजेशन है उह दूर नहीं होनी। ਇਹਦੇ ਲਈ ਅਸੀਂ ਇੱਕ ਲਾਰਜਰ ਰਿੰਗ ਰੋਡ ਜਿਹੜੀ ਹੈਗੀ ਆ ਉਹ ਜੰਮੂ ਕਟੜਾ ਰੋਡ ਦੇ ਨਾਲ ਮਿਲਾ ਕੇ ਉਹਨੂੰ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ, ਜਿਹੜੀ ਕਿ ਆਊਟਰ ਰਿੰਗ ਰੋਡ ਦੇ ਤੌਰ 'ਤੇ ਜਿਹੜੀ ਕਿ ਸਾਰੀਆਂ GT ਰੋਡਸ ਜਾਂ ਜਿੰਨੀਆਂ ਵੀ ਜਾ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਮਿਲਾਉਂਦੀ ਹੋਈ ਨਿਕਲੇ। ਔਰ ਚੌਥਾ ਜਿਹੜਾ ਹੈਗਾ ਕਿਸੇ ਵੀ ਸਨਅਤੀ ਸ਼ਹਿਰ ਦੀ ਜਦ ਤੱਕ ਅੰਤਰਰਾਸ਼ਟਰੀ ਤੌਰ 'ਤੇ ਕਨੈਕਟੀਵਿਟੀ ਨਹੀਂ ਬਣਦੀ, ਜੋ ਕਿ ਸਾਡੇ ਜਿਹੜਾ ਬਣਨੀ ਹੈਗੀ ਹੈ ਹਲਵਾਰਾ ਏਅਰਪੋਰਟ ਦੇ ਨਾਲ ਉਹਦੀ ਲੈਂਡ ਐਕੁਜੀਸ਼ਨ ਦਾ ਕੰਮ ਅਸੀਂ ਕਰ ਲਿਆ, ਉਹਦੀ ਕਨੈਕਟੀਵਿਟੀ ਦਾ ਜਿਹੜਾ ਪ੍ਰੋਜੈਕਟ ਹੈਗਾ ਉਹਦੀ ਪਲੈਨਿੰਗ ਬੜੇ ਵੱਡੇ ਸਤਰ 'ਤੇ ਚੱਲ ਰਹੀ ਹੈ। ਬੁੱਢੇ ਨਾਲੇ ਨੂੰ ਜਿਹੜਾ ਸਾਫ਼ ਕਰਨ ਦਾ ਕੰਮ ਹੈ ਉਹਦੇ ਲਈ ਜਿਹੜੇ ਟੈਂਡਰ ਹਨ ਉਹ ਆਲਰੇਡੀ ਹੋ ਗਏ, ਨਵੰਬਰ 1st week ਵੈਲਿਊਏਸ਼ਨ ਚੱਲ ਰਹੀ ਹੈ, ਉਹਨਾਂ ਦੀ ਫਾਈਨੈਂਸ਼ੀਅਲ ਬਿੱਡ ਲੈ ਕੇ ਇਸ ਸਾਲ ਦੇ ਅੰਤ ਤੱਕ ਇਹ ਵੀ ਅਵਾਰਡ ਹੋ ਜਾਣਗੇ। ਔਰ ਸਾਡੇ ਜਿਹੜੇ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ ਨੇ ਉਹਨਾਂ 'ਚੋਂ 3 ਬਣਨੇ ਸੀਗੇ, ਇੱਕ ਚਾਲੂ ਹੋ ਗਿਆ, 2 ਜਿਹੜੇ ਹੈਗੇ ਨੇ ਉਹ 31 ਦਸੰਬਰ ਤੱਕ ਉਹਨਾਂ ਦੇ ਚਾਲੂ ਹੋਣ ਦੀ ਸੰਭਾਵਨਾ ਹੈ। ਸੋ ਇਹ ਚੀਜ਼ਾਂ ਅਸੀਂ ਲੈ ਕੇ ਚੱਲੇ ਹਾਂ, ਹੋਰ ਚੀਜ਼ਾਂ ਬਹੁਤ ਨੇ, ਬਟ ਇਹ ਇੱਕ ਅਦਾਰਾ ਜਾਂ ਇੱਕ ਵਿਅਕਤੀ ਹੈ, ਇੱਕ ਪੋਸਟ ਦੇ ਕਰਨ ਨਾਲ ਨਹੀਂ, ਇਹ ਸਾਰਿਆਂ ਦੇ ਮਿਲਣ ਦੇ ਨਾਲ ਹੈ। ਇਸ 'ਚ ਕਮਿਸ਼ਨਰ ਕਾਰਪੋਰੇਸ਼ਨ ਸਾਹਿਬ ਦਾ, ਇੱਥੋਂ ਦੇ MLA ਸਾਹਿਬਾਨ, ਮੰਤਰੀ ਜੀ ਔਰ ਆਫਕੋਰਸ ਸਰਕਾਰ ਦਾ, ਸਾਰਿਆਂ ਦਾ, ਸਾਰੇ ਹੀ ਅਦਾਰੇ ਇਸ 'ਤੇ ਕੰਮ ਕਰ ਰਹੇ ਹੈ, ਇੰਡਸਟਰੀਅਲ ਮਹਿਕਮਾ ਵੀ ਕੰਮ ਕਰ ਰਿਹਾ, ਬਟ ਅਸੀਂ ਸਾਰਿਆਂ ਨੂੰ ਐਜ਼ ਏ ਟੀਮ ਲੈ ਕੇ ਅਸੀਂ ਇਸ ਕੰਮ ਨੂੰ ਕਰਾਂਗੇ। ਬਾਕੀ ਜੋ ਰੂਟੀਨ ਦੇ ਕੰਮ ਹੁੰਦੇ ਹੈ, ਸ਼ਹਿਰ ਨੂੰ ਕੋਵਿਡ 'ਚੋਂ ਬਾਹਰ ਕੱਢਣਾ ਸੀ, ਉਹ ਵੀ ਅਸੀਂ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਦੇ ਸਹਿਯੋਗ ਨਾਲ ਕਾਫੀ ਹੱਦ ਤੱਕ ਕੱਢਣ 'ਚ ਕਾਮਯਾਬ ਹੋਏ ਹਾਂ। ਔਰ ਹੁਣ ਝੋਨੇ ਦੀ ਖਰੀਦ ਦਾ ਕੰਮ ਬੜੇ ਵੱਡੇ ਪੱਧਰ 'ਤੇ ਚੱਲ ਰਿਹਾ ਹੈ, ਇਹ ਵੀ ਸਾਰਾ ਫੂਡ ਸਪਲਾਈ ਮਹਿਕਮੇ ਦੀ ਹੀ ਯਾਨੀ ਕਿ ਰਹਿਨਮਾਈ 'ਚ ਸਾਰਾ ਕੰਮ ਚੱਲ ਰਿਹਾ। ਸੋ ਬਹੁਤ ਸਾਰੇ ਐਸੇ ਕੰਮ ਨੇ, ਔਰ ਜਿਹੜੀ ਆਮ ਲੋਕਾਂ ਦੀ ਇੱਕ ਇਕੋਨਮੀ ਡਾਊਨ ਹੋ ਗਈ ਸੀ ਉਹਨੂੰ ਆਮ
ਵਰਗੀ ਹਾਲਾਤਾਂ 'ਚ ਲੈ ਕੇ ਆਉਣਾ ਉਹ ਵੀ ਇੱਕ ਚੈਲੇਂਜ ਹੈ, ਉਸ 'ਤੇ ਅਸੀਂ ਲੱਗੇ ਹੋਏ ਹਾਂ। ਸਾਰੇ ਪ੍ਰੋਜੈਕਟਾਂ ਦੀ ਗੱਲ ਕੀਤੀ ਹੈ, ਜਿਸ ਤਰ੍ਹਾਂ ਕਿ ਅਰਬਨ ਡਿਵੈਲਪਮੈਂਟ ਹੈ, ਇੰਡਸਟਰੀ ਡਿਵੈਲਪਮੈਂਟ ਹੈ, ਇਹ ਪ੍ਰੋਜੈਕਟ ਕਦੋਂ ਤੱਕ ਅਮਲੀ ਜਮਾ ਪਹਿਨਾਇਆ ਜਾਊਗਾ, ਕਿਉਂਕਿ ਸਮਾਰਟ ਸਿਟੀ ਇਸ ਵੇਲੇ ਲੁਧਿਆਣਾ ਪੂਰੀ ਪ੍ਰੋਗਰੈਸ ਦੇ ਵਿੱਚ ਹੈਗਾ, ਇਹਨਾਂ ਦਾ ਕੋਈ ਹੈ ਆਪਣਾ ਦਰਸ਼ਕਾਂ ਨੂੰ ਦੱਸ ਸਕੇ ਵੀ ਕਦੋਂ ਤੱਕ ਇਹਦਾ ਸਾਰਾ ਅਮਲੀ ਜਮਾ ਹੋਣਾ ਚਾਹੀਦਾ? ਇਹਨਾਂ ਦਾ ਇਸ ਤਰ੍ਹਾਂ ਹੈਗਾ, ਜਿੱਥੋਂ ਤੱਕ ਤਾਂ ਸਾਈਕਲ ਵੈਲੀ ਦੀ ਗੱਲ ਹੈ, ਮੈਂ ਤੁਹਾਨੂੰ ਦੱਸਿਆ ਕਿ ਇਹ ਇਸ ਵਰ੍ਹੇ ਦੇ ਅੰਤ ਤੱਕ ਜਿਹੜੀ ਇਹਦੀ ਸੜਕ ਔਰ ਪੁਲ ਦੋਨੇ ਬਣ ਜਾਣਗੇ। ਜਿਹੜੀ ਮੇਨ ਰੋਡ ਤੋਂ ਤੁਸੀਂ ਚੰਡੀਗੜ੍ਹ ਰੋਡ ਤੋਂ ਮੁੜਦੇ ਹੋ, ਉੱਥੋਂ 9 ਮਿੰਟ ਦੀ ਡਰਾਈਵ ਦੇ ਅੰਦਰ ਤੁਸੀਂ ਸਾਈਕਲ ਵੈਲੀ ਦੇ ਅੰਦਰ ਪਹੁੰਚ ਜਾਓਗੇ। ਉਹ ਸੜਕ ਦੀ ਲੈਂਡ ਐਕੁਜੀਸ਼ਨ ਦਾ ਕੰਮ ਹੋ ਗਿਆ, ਅੱਧੀ ਸੜਕ ਵੀ ਬਣ ਗਈ ਔਰ ਬਾਕੀ ਅੱਧੀ ਬਣ ਜੂਗੀ 31 ਦਸੰਬਰ ਤੱਕ। 31 ਦਸੰਬਰ ਨੂੰ ਉੱਥੋਂ ਪਹਿਲਾਂ ਸਾਈਕਲ ਬਣ ਕੇ ਨਿਕਲ ਜੂਗਾ, ਜੋ ਹੁਣ ਦੀ ਉਮੀਦ ਹੈਗੀ ਹੈ। ਜਿੱਥੋਂ ਤੱਕ ਮੱਤੇਵਾੜਾ ਪ੍ਰੋਜੈਕਟ, ਜਿਹਨੂੰ ਅਸੀਂ ਪਹਿਲਾਂ ਕਹਿੰਦੇ ਸੀ ਹੁਣ ਕੋਮਕਲਾਂ ਪ੍ਰੋਜੈਕਟ ਕਹਿੰਦੇ ਹਾਂ, ਮੱਤੇਵਾੜੇ ਦੇ ਜੰਗਲ ਦੇ ਨਾਲ ਹੈ। ਇਹ ਜੰਗਲ ਦਾ ਕੋਈ 1 ਇੰਚ ਵੀ ਜ਼ਮੀਨ ਨਹੀਂ ਅਸੀਂ ਲੈਣੀ, ਇਹ ਨੇੜੇ ਦੇ ਪਿੰਡਾਂ ਤੋਂ ਜ਼ਮੀਨ ਲਿੱਤੀ ਗਈ ਹੈ, ਇਹਦੀ ਜਿਹੜੀ ਪਲੈਨਿੰਗ ਚੱਲ ਰਹੀ ਹੈ, ਇਹਨੂੰ ਹੋਰ 6 ਮਹੀਨੇ ਲੱਗਣਗੇ, ਉਸ ਤੋਂ ਬਾਅਦ ਸਾਲ ਕੁ ਦਾ ਇਹ ਕੰਮ ਹੈਗਾ। ਸੋ 2022 ਤੋਂ ਪਹਿਲਾਂ ਇਹਦੀ ਵੀ ਰੂਪ ਰੇਖਾ ਤੁਹਾਡੇ ਸਾਹਮਣੇ ਆ ਜਾਏਗੀ। ਜਿੱਥੋਂ ਤੱਕ ਸਮਾਰਟ ਸਿਟੀ ਦੀ ਗੱਲ ਹੈ, ਉਹ 'ਚ ਬੁੱਢੇ ਨਾਲੇ ਦਾ ਜਿਹੜਾ ਪ੍ਰੋਜੈਕਟ ਹੈ, ਇਹਦਾ ਅਵਾਰਡ ਜਿਹੜਾ ਹੈਗਾ ਟੈਂਡਰ ਦਾ, ਇਹ ਜਿਹੜਾ ਹੈਗਾ 2 ਦਸੰਬਰ ਤੱਕ ਹੋ ਜਾਏਗਾ ਔਰ ਉਸ ਤੋਂ ਬਾਅਦ ਇਹਦਾ 24 ਮਹੀਨੇ ਇਹਨੂੰ ਹੋਰ ਲੱਗਣਗੇ ਇਹਨੂੰ ਬਣਨ 'ਚ, ਕਿਉਂਕਿ ਇਹ ਜਿਹੜੇ ਕਾਮਨ ਜਿਹੜਾ STP ਹੁੰਦੇ ਨੇ ਉਹਨੂੰ ਬਣਨ ਨੂੰ ਥੋੜ੍ਹਾ ਸਮਾਂ ਲੱਗਦਾ। ਜਲੰਧਰ ਵਿੱਚ ਵੀ 3 ਸਾਲ ਰਹੇ ਹੋ ਅਤੇ ਉੱਥੇ ਖਾਸ ਕਰਕੇ ਕੋਵਿਡ ਦਾ ਬਹੁਤ ਤੁਸੀਂ ਬਖੂਬੀ ਨਾਲ ਉਹਦਾ ਦਿੱਤ ਨਿਭਾਇਆ ਅਤੇ ਕੋਵਿਡ ਨੂੰ ਕੰਟਰੋਲ ਵੀ ਕੀਤਾ, ਅਤੇ ਕੋਵਿਡ ਦੀ ਤੁਸੀਂ ਗੱਲ ਕੀਤੀ ਲੁਧਿਆਣੇ ਅੰਦਰ ਵੀ, ਅਤੇ WHO ਦਾ ਇਹ ਕਹਿਣਾ ਵੀ ਹੁਣ ਸੈਕਿੰਡ ਵੇਵ ਵੀ ਜਿਹੜੀ ਹੈ ਆਲਮੋਸਟ ਯੂਰਪ ਜਾਂ ਇੱਧਰ ਸ਼ੁਰੂ ਹੋ ਚੁੱਕੀ ਹੈ, ਅਤੇ ਕੀ ਲੁਧਿਆਣਾ ਵਾਸਤੇ ਤੁਸੀਂ ਕੀ ਇੱਥੇ ਇਤਿਹਾਸ ਵਰਤ ਰਹੇ ਹੋ ਕਿ ਵਾਕਈ ਸੈਕਿੰਡ ਵੇਵ ਦੇ ਆਸਾਰ ਨਜ਼ਰ ਆ ਰਹੇ? ਦੇਖੋ, ਜਿਹੜੇ ਨਿਰਜੀਵ ਚੀਜ਼ਾਂ ਹੁੰਦੀਆਂ ਨੇ, ਕੋਈ ਐਕਸੀਡੈਂਟ ਹੋ ਗਿਆ, ਟ੍ਰੇਨ ਐਕਸੀਡੈਂਟ ਹੋ ਗਿਆ, ਹੋਰ ਹੋ ਗਿਆ, ਉਹ ਚੀਜ਼ ਦਾ ਪਤਾ ਹੁੰਦਾ ਕਿ ਵੀ ਇਹ ਹੋਊਗੀ, ਹੁਣ ਇੱਕ ਵਾਰ ਖਤਮ ਹੋ ਗਿਆ ਕੰਮ, ਹੜ੍ਹ ਵੀ ਹੁੰਦਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਡੈਮ 'ਚ ਲੈਵਲ ਘੱਟ ਗਿਆ। ਬਟ ਇਹ ਜਿਹੜਾ ਇਹ ਵਰਤਾਰਾ ਹੈਗਾ, ਇਹ ਇੱਕ ਬਾਇਓਲੋਜੀਕਲ ਵਰਤਾਰਾ ਹੈ, ਜਿਹੜਾ ਇਹ ਵਾਇਰਸ ਹੈਗਾ, ਇਹ ਜਦੋਂ ਇਹਦੀ ਪਹਿਲੀ ਲਹਿਰ ਆਉਂਦੀ ਹੈ ਉਹ ਮੈਕਸੀਮਮ ਲੋਕਾਂ ਨੂੰ ਅਫੈਕਟ ਕਰਦੀ ਹੈ ਸਭ ਤੋਂ ਵੱਧ ਸੰਖਿਆ ਦੇ ਵਿੱਚ, ਫਿਰ ਉਸ ਤੋਂ ਬਾਅਦ ਇਹ ਖਤਮ ਨਹੀਂ ਹੋ ਜਾਂਦਾ, ਕੁਛ ਲੋਕਾਂ 'ਚ ਇਹ ਜਿਉਂਦਾ ਰਹਿੰਦਾ ਵਾਇਰਸ। ਹੁਣ ਵੀ ਹਰ ਰੋਜ਼ ਦੇ 30-32 ਕੇਸ ਸਾਡੇ ਆਈ ਜਾ ਰਹੇ ਆ, ਦੈਟ ਮੀਨਸ ਵਾਇਰਸ ਹੈਗਾ। ਜਦੋਂ ਇਹਨੂੰ ਸੁਖਾਵੇਂ ਹਾਲਾਤ ਮਿਲਦੇ ਨੇ, ਜਿਵੇਂ ਅੱਗੇ ਸਰਦੀ ਦਾ ਮੌਸਮ ਆਉਣਾ, ਸਰਦੀ 'ਚ ਵੈਸੇ ਵੀ ਜਿਹੜਾ ਫਲੂ ਜਾਂ ਵਾਇਰਸ ਪਹਿਲਾਂ ਵੀ ਆਉਂਦਾ, ਇਹ ਥੋੜ੍ਹਾ ਜ਼ਿਆਦਾ ਖਤਰਨਾਕ ਵਾਇਰਸ ਹੈ, ਉਦੋਂ ਜਿਹੜਾ ਹੈਗਾ ਇਹਦੀ ਨਵੰਬਰ ਐਂਡ ਜਾਂ ਦਸੰਬਰ 'ਚ ਦੁਬਾਰਾ ਇਹਦੀ ਲਹਿਰ ਆਉਣ ਦੀ ਸੰਭਾਵਨਾ ਹੈ। ਬਟ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਪਹਿਲੀ ਲਹਿਰ ਜਿਹੜੀ ਸਭ ਤੋਂ ਵੱਡੀ ਹੁੰਦੀ ਹੈ, ਉਹ ਪੰਜਾਬ ਸਰਕਾਰ ਦੇ ਆਸ਼ੀਰਵਾਦ ਨਾਲ ਔਰ ਮਾਨਯੋਗ CM ਸਾਹਿਬ ਦਾ ਜਿਹੜਾ ਵਿਜ਼ਨ ਸੀਗਾ ਮਿਸ਼ਨ ਫਤਿਹ ਦਾ, ਕੈਪਟਨ ਅਮਰਿੰਦਰ ਸਿੰਘ ਜੀ ਦਾ, ਉਹਦੇ ਤਹਿਤ ਅਸੀਂ ਲੁਧਿਆਣੇ 'ਚ ਜਿੰਨੀ ਲੋਕਾਂ ਨੂੰ ਖਦਸ਼ੇ ਸਨ ਕਿ ਇੰਨਾ ਵੱਡਾ ਨੁਕਸਾਨ ਹੋਏਗਾ, ਉਸ ਤੋਂ ਘੱਟ ਨੁਕਸਾਨ 'ਤੇ ਆਪਣਾ ਬਚਾਅ ਹੋ ਗਿਆ ਔਰ ਲੋਕਾਂ ਦੇ ਸਹਿਯੋਗ ਨਾਲ ਅਸੀਂ ਇਹਨੂੰ ਬੜੀ ਜਲਦੀ ਕਾਬੂ ਪਾਉਣ 'ਚ ਕਾਮਯਾਬ ਹੋਏ ਹਾਂ ਔਰ ਇਹ 'ਚ ਸਰਕਾਰੀ ਡਾਕਟਰ ਔਰ ਪ੍ਰਾਈਵੇਟ ਡਾਕਟਰ ਦੋਨਾਂ ਦਾ ਹੀ ਬਹੁਤ ਵੱਡਾ ਸਹਿਯੋਗ ਹੈ। ਉਸ ਤੋਂ ਇਲਾਵਾ ਵੱਖ ਵੱਖ ਡਿਪਾਰਟਮੈਂਟਸ, ਚਾਹੇ ਉਸ 'ਚ ਲੋਕਲ ਬੋਡੀਜ਼ ਹੋਵੇ, ਪੁਲਿਸ ਹੋਵੇ ਔਰ ਆਮ ਸਿਟੀਜ਼ਨਸ, NGO ਸਾਰਿਆਂ ਨੇ ਹੀ ਸਹਿਯੋਗ ਕੀਤਾ। ਬਟ ਮੈਨੂੰ ਯਕੀਨ ਹੈ ਕਿ ਇੱਥੋਂ ਦੇ ਜਿਹੜੇ ਸੂਝਵਾਨ ਲੋਕ ਨੇ ਉਹ ਸਾਰੀਆਂ ਅਹਿਤਿਆਤ ਨੂੰ ਸਮਝ ਰਹੇ ਨੇ, ਜਿਹੜੀ ਦੂਜੀ ਵੇਵ ਹੈ ਉਹਨੂੰ ਅਸੀਂ ਇੱਕ ਤਾਂ ਡਿਲੇ ਕਰਨ 'ਚ ਕਾਮਯਾਬ ਹੋਵਾਂਗੇ ਔਰ ਇੱਕ ਉਹਦੀ ਮਾਰ ਉੰਨੀ ਤਗੜੀ ਨਹੀਂ ਹੋਏਗੀ ਜਿੰਨੀ ਕਿ ਪਹਿਲੀ ਵੇਵ ਦੀ ਸੀ। ਬਟ ਇਹਦੇ ਲਈ ਮੇਰੀ ਜਿਹੜੇ ਸੁਹਿਰਦ ਸਿਟੀਜ਼ਨ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਜਿਹੜਾ ਧਿਆਨ ਰੱਖਣ, ਜਿਹੜਾ ਗਾਰਡ ਹੈ ਉਹਨੂੰ ਡਾਊਨ ਨਾ ਕਰਨ, ਸੁਰੱਖਿਆ ਨੂੰ ਡਾਊਨ ਨਾ ਕਰਨ, ਤਾਂ ਹੀ ਆਪਾਂ ਇਸ 'ਤੇ ਕਾਮਯਾਬ ਹੋ ਪਾਵਾਂਗੇ। ਤੁਸੀਂ ਤਾਂ ਜਲੰਧਰ ਦੀ ਸੇਵਾ ਕੀਤੀ, ਜਲੰਧਰ ਵਿੱਚ ਵੀ ਮੈਨੂੰ ਯਾਦ ਹੈ ਤੁਹਾਨੂੰ ਇੱਕ ਹੀਰੋ ਕਹਿ ਕੇ ਪੁਕਾਰਿਆ ਜਾਂਦਾ, ਤੁਸੀਂ ਜਲੰਧਰ ਦੇ ਇੱਕ ਹੀਰੋ ਦੇ ਰੂਪ 'ਚ ਨਿਕਲੇ ਹੋ। ਹਰ ਤੁਸੀਂ ਕਿਹਾ ਵੀ ਹਰ ਅਫਸਰ ਦਾ ਕੰਮ ਕਰਨ ਦਾ ਆਪਣਾ ਇੱਕ ਤਰੀਕਾ, ਤੁਹਾਡਾ ਵੀ ਆਪਣਾ ਤਰੀਕਾ। ਇੱਥੇ ਲੁਧਿਆਣੇ ਅੰਦਰ ਪਿੱਛੇ ਸਾਡੇ DC ਸਾਹਿਬ ਰਹਿ ਚੁੱਕੇ ਨੇ, ਰਾਹੁਲ ਤਿਵਾੜੀ ਜੀ, ਮੈਂ ਉਹਨਾਂ ਦਾ ਜ਼ਰੂਰ ਕੋਟ ਕਰਾਂਗਾ। ਉਹਨਾਂ ਨੇ ਇੱਕ ਉਪਰਾਲਾ ਕੀਤਾ ਸੀ ਕਿ ਜਿਹੜੀ ਕਿ ਰਜਿਸਟਰੀ ਜਿਹੜੀ ਵੀ ਹੁੰਦੀ ਹੈ ਅਤੇ ਉਹਦੀ 30 ਦਿਨ ਦੇ ਅੰਦਰ ਅੰਦਰ ਉਹਦੀ ਜਾਂਚ ਪੜਤਾਲ ਕਰਕੇ ਅਤੇ ਉਹਦਾ ਫਰਦ ਜਿਹੜੀ ਹੈ ਲੋਕਾਂ ਦੇ ਬਾਈਪੋਸਟ ਘਰ ਵਿੱਚ ਪਹੁੰਚ ਜਾਵੇ, ਅਤੇ ਉਹਦੇ ਨਾਲ ਇੱਕ ਭ੍ਰਿਸ਼ਟਾਚਾਰ ਨੂੰ ਵੀ ਨੱਥ ਪੈ ਗਈ ਅਤੇ ਆਮ ਲੋਕਾਂ ਨੂੰ ਰਾਹਤ ਵੀ ਮਿਲ ਗਈ। ਉਸ ਤੋਂ ਬਾਅਦ ਜਦੋਂ ਚੱਲ ਗਏ, ਉਸ ਤੋਂ ਬਾਅਦ ਉਪਰਾਲਾ ਉਹ ਚੜ੍ਹਿਆ ਨਹੀਂ ਅੱਗੇ ਸਿਰੇ, ਕੀ ਇਸ ਤਰੀਕੇ ਦੀ ਸੋਚ ਹੈ ਕਿ ਉਹਨੂੰ ਕੰਟੀਨਿਊ ਕਰਨ ਦੀ? ਦੇਖੋ, ਇਹ ਤੁਸੀਂ ਮੈਨੂੰ ਜਿਹੜੀ ਜਾਣਕਾਰੀ ਦਿੱਤੀ ਹੈ, ਬੜਾ ਅੱਛਾ ਕੰਮ ਹੈ। ਰਾਹੁਲ ਤਿਵਾੜੀ ਸਾਹਿਬ ਬੜੇ ਐਫੀਸ਼ੀਐਂਟ ਔਰ ਚੰਗੇ ਅਫਸਰ ਨੇ, ਸਾਡੇ ਸੀਨੀਅਰ ਅਫਸਰ ਨੇ, ਬੜਾ ਅੱਛਾ ਕੰਮ ਇੱਥੇ ਕਰਕੇ ਗਏ ਨੇ। ਜੇ ਉਹਨਾਂ ਦੇ ਸਮੇਂ 'ਚ ਇਹ ਕੋਈ ਚੰਗਾ ਕੰਮ ਹੋ ਰਿਹਾ ਸੀ, ਤੁਸੀਂ ਮੇਰੇ ਧਿਆਨ 'ਚ ਲਿਆਂਦਾ, ਮੈਂ ਇਹਨੂੰ ਸਟੱਡੀ ਕਰਾਂਗਾ ਔਰ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇੱਦਾਂ ਦੀ ਸੁਵਿਧਾ ਲੋਕਾਂ ਨੂੰ ਦਈਏ। ਬਿਲਕੁਲ ਬਿਲਕੁਲ, ਜਿਸ ਤਰ੍ਹਾਂ ਹੜ੍ਹਾਂ ਦੀ ਵੀ ਤੁਸੀਂ ਗੱਲ ਕੀਤੀ, ਹੜ੍ਹਾਂ ਦੇ ਵਿੱਚ ਹਰ ਸਾਲ ਲਿਖੇਗਾ, ਇਸ ਸਾਲ ਸਰਕਾਰ ਦੇ ਖਰਚ ਤਾਂ ਬਹੁਤ ਹੋ ਜਾਂਦਾ, ਲੇਕਿਨ ਕੋਈ ਸਥਾਈ ਰੂਪ ਦਾ ਹੱਲ ਨਹੀਂ ਨਿਕਲਿਆ, ਕੋਈ ਇਸ ਤਰੀਕੇ ਦਾ ਕੋਈ ਹੱਲ ਹੋ ਸਕਦਾ ਵੀ? ਦੇਖੋ, ਇਸ ਤਰ੍ਹਾਂ ਹੈ, ਜਿਹੜੀ ਜ਼ਿਆਦਾ ਵੱਡੀ ਹੜ੍ਹਾਂ ਦੀ ਸਮੱਸਿਆ ਆਈ ਹੈ 2019 'ਚ ਆਈ ਹੈ, 1993 ਤੋਂ ਬਾਅਦ
26 ਵਰਿਆਂ ਬਾਅਦ ਇਹ ਪ੍ਰੋਬਲਮ ਆਈ ਆ। ਉਸ ਤੋਂ ਪਹਿਲਾਂ 1988 'ਚ ਆਈ ਸੀਗੀ। ਇਹ ਕਈ ਵਾਰ 25-26 ਸਾਲਾਂ ਬਾਅਦ ਇਹ ਹੁੰਦਾ ਹੈ ਕਿ ਵੀ ਜਿਹੜੀਆਂ ਆਮ ਆਪਣੀਆਂ ਕੈਲਕੂਲੇਸ਼ਨਸ ਹੁੰਦੀਆਂ ਨੇ ਕਿ ਮਹਿਕਮਾ ਅੰਦਾਜ਼ਾ ਲਾ ਕੇ ਰੱਖਦਾ ਵੀ ਭਾਖੜਾ ਡੈਮ ਦੇ ਵਿੱਚ ਕਿੰਨਾ ਪਾਣੀ ਸਟੋਰ ਹੋ ਸਕਦਾ, ਕਿੰਨਾ ਛੱਡਣਾ ਪੈ ਸਕਦਾ। ਔਰ ਪੱਕਾ ਹੱਲ ਤਾਂ ਸਰਕਾਰ ਨੇ ਪਹਿਲਾਂ ਹੀ ਨਹਿਰੂ ਜੀ ਦੇ ਟਾਈਮ ਤੋਂ ਜਿਹੜਾ ਇਹ ਭਾਖੜਾ ਡੈਮ ਬਣਾ ਕੇ ਹੀ ਇਹਦਾ ਹੱਲ ਕੱਢਤਾ ਸੀਗਾ। ਅਤੇ ਹੁਣ ਉਹਨੇ ਫ੍ਰੀਕੁਐਂਟ ਹੜ੍ਹ ਨਹੀਂ ਆਉਂਦੇ, ਬਟ ਕਦੇ ਕਦੇ ਜੇ ਮੰਨ ਲਓ ਮਹਿਕਮਾ ਪਾਣੀ ਪਹਿਲਾਂ ਜ਼ਿਆਦਾ ਛੱਡ ਕੇ ਉਹਨੂੰ ਕੰਜ਼ਰਵੇਟਿਵ ਤੌਰ 'ਤੇ ਨੀਵਾਂ ਰੱਖਦਾ ਪੱਧਰ ਨੂੰ, ਉਹ 'ਚ ਫਿਰ ਇਹ ਮਜ਼ੰਮਤ ਹੁੰਦੀ ਹੈ, ਉਹਨਾਂ ਦੀ ਕ੍ਰਿਟੀਸਿਜ਼ਮ ਹੁੰਦੀ ਹੈ ਕਿ ਵੀ ਦੇਖੋ ਜੀ ਇਹਨਾਂ ਨੇ ਪਾਣੀ ਪੂਰਾ ਨਹੀਂ ਭਰਿਆ, ਕਿਉਂਕਿ ਸਾਡੀਆਂ ਨਹਿਰਾਂ ਜਿਹੜੀਆਂ ਸਾਰੀਆਂ ਭਾਖੜਾ 'ਤੇ ਡਿਪੈਂਡੈਂਟ ਨੇ। ਸੋ ਉਹਨਾਂ ਨੂੰ ਲਾਲਚ ਹੁੰਦਾ ਹਰੇਕ ਤਰੀਕ ਨੂੰ ਇੱਕ ਪਰਟੀਕੁਲਰ ਲੈਵਲ ਜਿਹੜਾ ਹੈਗਾ ਉਹਦਾ ਅਲਾਊਡ ਹੈ ਭਰਨ ਦਾ। ਪਿਛਲੀ ਵਾਰ ਉਹ ਫੁੱਟ 2 ਫੁੱਟ ਜ਼ਿਆਦਾ ਹੋ ਗਿਆ, ਕੋਈ 37-38 ਘੰਟੇ ਲਗਾਤਾਰ ਹਿਮਾਚਲ 'ਚ ਬਾਰਿਸ਼ ਹੁੰਦੀ ਰਹੀ। ਤੁਸੀਂ ਦੇਖਿਆ ਕਿ ਇਸ ਵਾਰ ਉਸ ਤਰ੍ਹਾਂ ਦੇ, ਹਾਂ ਇਸ ਤਰ੍ਹਾਂ ਦੇ ਹਾਲਾਤ ਇਸ ਵਾਰ ਪੈਦਾ ਨਹੀਂ ਹੋਏ, ਬਟ ਹਾਂ ਸਾਡਾ ਇੱਕ ਜਿਹੜਾ ਵੀਕ ਪੁਆਇੰਟ ਹੈ ਜਿੱਥੇ ਵਾਰ ਵਾਰ ਸਾਨੂੰ ਪ੍ਰੋਬਲਮ ਆਉਂਦੀ ਹੈ, ਮੱਤੇਵਾੜੇ ਦੇ ਜੰਗਲ ਕੋਲ ਹੀ ਹੈ, ਔਰ ਜਿਹੜਾ ਸਾਡਾ ਇਹ ਕੂਮਕਲਾਂ ਦਾ ਪ੍ਰੋਜੈਕਟ ਹੈ ਇਹ ਵੀ ਇੱਥੇ ਹੀ ਆ ਰਿਹਾ। ਸੋ ਇਸ ਕਰਕੇ ਇਹਦਾ ਇੱਕ ਬੜਾ ਵੱਡਾ ਪ੍ਰੋਜੈਕਟ ਇਹਨੂੰ ਸਟਰੈਂਥਨ ਕਰਨ ਦਾ, ਜਿਹੜਾ ਉੱਥੇ 1-2 ਸਪਾਰ ਜਿਹੜੇ ਹੈਗੇ ਆ ਉਹ ਵੀਕ ਨੇ, ਉਹ ਕਰਨ ਦਾ ਪਹਿਲਾਂ ਤੋਂ ਹੀ ਅਸੀਂ ਵਿੱਢਿਆ ਹੋਇਆ। ਔਰ ਇਸ ਵਾਰ ਵੀ ਸਾਡੀ ਤਿਆਰੀ ਪੂਰੀ ਸੀ ਨਰੇਗਾ ਰਾਹੀਂ ਜਾਂ ਜਿਹੜੇ ਪਲੈਨ ਫੰਡਾਂ ਰਾਹੀਂ ਅਸੀਂ ਕਾਫੀ ਕੰਮ ਉੱਥੇ 17-18 ਕੰਮ ਇਸ ਵਾਰ ਵੀ ਕਰਾਏ ਆ, ਅਗਲੀ ਵਾਰੀ ਇਸ ਤੋਂ ਹੋਰ ਬਿਹਤਰ ਕਰਾਂਗੇ। ਲੁਧਿਆਣੇ ਦੀਆਂ ਕਿਹੜੀਆਂ ਕਮੀਆਂ ਤੁਹਾਨੂੰ ਸਾਹਮਣੇ ਆਈਆਂ ਪਰ ਜਿਹਨੂੰ ਤੁਸੀਂ ਦੂਰ ਕਰਨਾ ਚਾਹੋਗੇ, ਵੀ ਆਹ ਵਾਕਈ ਕਮੀਆਂ ਹੈਗੀਆਂ ਸ਼ਹਿਰ ਦੇ ਵਿੱਚ ਜਾਂ ਪ੍ਰਸ਼ਾਸਨ 'ਚ ਉਹਨੂੰ ਦੂਰ ਕਰਨਾ ਆਓਗੇ ਤੁਹਾਡੀ ਨਿਗਾਹ 'ਚ? ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਵੀ ਲੁਧਿਆਣਾ ਇੱਕ ਬਹੁਤ ਵੱਡਾ ਸ਼ਹਿਰ ਹੈ, ਔਰ ਜਿਹੜਾ ਪ੍ਰਸ਼ਾਸਨ ਆ ਲੋਕਾਂ ਦਾ ਜਿਹੜਾ ਢਰਾ ਹੁੰਦਾ ਹੈ ਨਾ, ਜਿਵੇਂ ਇੱਕ ਬਹੁਤ ਵੱਡੀ ਚੀਜ਼ ਕੋਈ ਮਸ਼ੀਨ ਇੱਕ ਸਪੀਡ 'ਤੇ ਚੱਲਦੀ ਹੁੰਦੀ ਹੈ, ਉਹਨੂੰ ਇੱਕਦਮ ਰੋਕਣਾ ਮੋੜਨਾ ਉਹ ਇੱਕਦਮ ਨਹੀਂ ਹੁੰਦਾ ਕਿ ਰਾਤੋ ਰਾਤ ਹੋ ਜਾਵੇ, ਬਟ ਉਹ ਹੌਲੀ ਹੌਲੀ ਮੋੜਾ ਕੱਟਦੀ ਹੈ ਚੀਜ਼। ਸੋ ਚੈਲੇਂਜਸ ਬਹੁਤ ਨੇ, ਮੇਰੇ ਤੋਂ ਪਹਿਲੇ ਅਫਸਰਾਂ ਨੇ ਵੀ ਇੱਥੇ ਬੜੀ ਮਿਹਨਤ ਕੀਤੀ ਹੈ, ਮੈਂ ਵੀ ਆਪਦੇ ਵੱਲੋਂ ਕੋਸ਼ਿਸ਼ ਕਰੂੰਗਾ, ਬਟ ਮੇਨ ਜਿਹੜਾ ਹੈਗਾ ਇੱਥੇ ਕੰਜੈਸ਼ਨ ਦੀ ਵੀ ਪ੍ਰੋਬਲਮ ਹੈ, ਪੋਲਿਊਸ਼ਨ ਦੀ ਵੀ ਪ੍ਰੋਬਲਮ, ਜਿਹੜੀ ਆਪਾਂ ਪ੍ਰੋਜੈਕਟਸ ਦੀ ਗੱਲ ਕੀਤੀ ਹੈ, ਔਰ ਸਰਵਿਸ ਡਿਲੀਵਰੀ ਦੀ ਵੀ ਪ੍ਰੋਬਲਮ ਹੈ, ਔਰ ਰੈਵਨਿਊ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ, ਲੋਕਾਂ ਨੂੰ ਫਰਦਾਂ ਦੀਆਂ, ਲੈਂਡ ਰਿਕਾਰਡ ਦੀਆਂ, ਕਰਪਸ਼ਨ ਦੀਆਂ ਬਹੁਤ ਸਾਰੀਆਂ ਦਿੱਕਤਾਂ ਨੇ, ਬਟ ਵਿਦ ਡਿਊ ਕੋਰਸ ਆਫ ਟਾਈਮ ਅਸੀਂ ਚਾਹਾਂਗੇ ਕਿ ਇਹਨਾਂ ਸਾਰੀਆਂ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੋਰ ਬਿਹਤਰ ਕੀਤਾ ਜਾਵੇ। ਬਿਲਕੁਲ, ਬਹੁਤ ਅੱਛੀ ਸੋਚ ਹੈ। ਇਹ ਆਮ ਤੌਰ 'ਤੇ ਨਾਗਰਿਕਾਂ ਦੀ ਵੀ ਗੱਲ ਕਰਾਂਗੇ, ਆਮ ਨਾਗਰਿਕ ਜਿਹੜੇ ਆਉਂਦੇ ਨੇ ਤੁਹਾਡੇ ਕੋਲ, ਦੇਖੋ ਰੋਜ਼ ਆਉਂਦੇ ਨੇ, ਕੋਈ ਆਪਣੀ ਸਮੱਸਿਆ ਲੈ ਕੇ ਕਿਸੇ ਦੇ ਕੋਲ ਧਰਨਾ ਪ੍ਰਦਰਸ਼ਨ, ਜਾਂ ਜਿਹੜੇ ਵੀ ਹਰ ਵਰਗ ਦੇ ਲੋਕ ਆਉਂਦੇ ਨੇ ਉਹਨਾਂ ਕੋਲ ਇੱਕ ਸ਼ਹਿਰ ਦੇ ਜਿਹੜੇ ਤੁਸੀਂ ਨੁਮਾਇੰਦੇ ਨੂੰ, ਮੇਨ ਸ਼ਹਿਰ ਨੂੰ ਮੁੱਖ ਰੱਖਦੇ ਹੋ ਡਿਪਟੀ ਕਮਿਸ਼ਨਰ ਕੋਲ, ਬੜੀ ਆਸ ਲੈ ਕੇ ਆਉਂਦੇ ਨੇ ਅਤੇ ਉਹਨਾਂ ਦੇ ਮਾਮਲੇ ਹੱਲ ਕਰਨ ਵਾਸਤੇ ਵੀ ਸਿਰਫ ਡੀਸੀ ਸਾਹਿਬ ਕੋਲ ਜਾਵਾਂਗੇ ਤਾਂ ਸਾਡਾ ਮਾਮਲਾ ਹੱਲ ਹੋ ਜਾਏਗਾ। ਅਤੇ ਕਈ ਵਾਰੀ ਇਹ ਦੇਖਣ ਨੂੰ ਮਿਲਿਆ ਵੀ ਡੀਸੀ ਸਾਹਿਬ ਚਾਹੁੰਦੇ ਹੋਏ ਵੀ ਉਹ ਮਾਮਲਾ ਹੱਲ ਨਹੀਂ ਕਰ ਸਕਦੇ ਕਈ ਵਾਰੀ, ਕੀ ਇਹ ਕੋਈ ਪੋਲੀਟੀਕਲ ਪ੍ਰੈਸ਼ਰ ਦੀ ਵੀ ਔਕੜ ਆ ਜਾਂਦੀ ਹੈ ਨਾਲ, ਕਿ ਜਾਂ ਕਾਨੂੰਨ 'ਤੇ ਤੁਸੀਂ ਜ਼ਿਆਦਾ ਬੰਦਿਸ਼ ਦੇ ਵਿੱਚ ਹੋ ਅਤੇ ਨਹੀਂ ਹੁੰਦਾ, ਕੋਈ ਪ੍ਰੈਸ਼ਰ ਤਾਂ ਨਹੀਂ ਇਸ ਤਰੀਕੇ? ਨਹੀਂ, ਇਸ ਤਰ੍ਹਾਂ ਦਾ ਪ੍ਰੈਸ਼ਰ ਤਾਂ ਕੋਈ ਨਹੀਂ ਹੈ, ਬਟ ਜ਼ਿਆਦਾਤਰ ਲੋਕ ਜਿਹੜੇ ਆਉਂਦੇ ਨੇ, ਮੈਂ ਇਹ ਦੇਖਿਆ ਜਾਂ ਤਾਂ ਉਹ ਫਾਈਨੈਂਸ਼ੀਅਲ ਦਿੱਕਤਾਂ ਕਰਕੇ ਆਉਂਦੇ ਨੇ ਜਾਂ ਫਿਰ ਬਹੁਤ ਸਾਰੇ ਰੈਵਨਿਊ ਦੇ ਮਸਲੇ ਲੈ ਕੇ ਆਉਂਦੇ ਨੇ। ਹੁਣ ਇਹ ਜਿਹੜੇ ਰੈਵਨਿਊ ਦੇ ਮਸਲੇ ਹੁੰਦੇ ਨੇ, ਇਹਨਾਂ 'ਚ ਜਿਹੜਾ ਲੋਕਾਂ ਦੀ ਜਿਹੜੀ ਪ੍ਰੋਪਰਟੀ ਨਾਲ ਸੰਬੰਧਿਤ ਗੁੰਝਲਦਾਰ ਮਸਲੇ ਵੱਡੇ ਸ਼ਹਿਰਾਂ 'ਚ ਹੁੰਦੇ ਨੇ, ਜਦੋਂ ਪ੍ਰੋਪਰਟੀਜ਼ ਦੀਆਂ ਕੀਮਤਾਂ ਵੱਧ ਜਾਂਦੀਆਂ ਨੇ ਤਾਂ ਇਹ ਜ਼ਿਆਦਾਤਰ ਸਿਵਲ ਕੋਰਟਾਂ ਦੇ ਪ੍ਰਿਵਿਊ 'ਚ ਹੁੰਦੇ ਨੇ। ਕਈ ਵਾਰ ਲੋਕ ਉਹਦਾ ਜਲਦੀ ਰਾਹ ਲੱਭਣ ਲਈ ਇੱਧਰ ਉੱਧਰ ਗੇੜਦੇ ਮਾਰਦੇ ਰਹਿੰਦੇ ਨੇ, ਅਤੇ ਜਿਹੜਾ ਲੰਬਾ ਪ੍ਰੋਸੈਸ ਹੈ ਉਹ ਪੜਾਉਂਦੇ ਨਹੀਂ, ਉਹਦੇ ਕਰਕੇ ਹੋਰ ਵੱਧ ਸਮਾਂ ਲੱਗਦਾ। ਸੋ ਇਸ ਤਰ੍ਹਾਂ ਦੀ ਕੋਈ ਹਿੰਡਰੈਂਸ ਕਿਸੇ ਵੱਲੋਂ ਨਹੀਂ ਹੈਗੀ, ਬਟ ਕਈ ਵਾਰੀ ਸ਼ੇਅਰ ਵੋਲਿਊਮ ਹੈ ਜਿਹੜਾ ਉਹ ਕੰਮ ਦਾ ਇੰਨਾ ਹੋ ਜਾਂਦਾ, ਖਾਸਕਰ ਕੋਵਿਡ ਕਰਕੇ ਵੀ ਜਿਹੜੀ ਕੰਮ ਦੀ ਡਿਸਪੋਜ਼ਲ 'ਤੇ, ਔਰ ਚਾਹੇ ਉਹ ਕੋਰਟਾਂ ਹੋਣ ਚਾਹੇ ਸਾਡੇ ਦਫ਼ਤਰ ਹੋਣ, ਲੋਕਾਂ ਦੀ ਜਿਹੜੀ ਉਡੀਕ ਸੂਚੀ ਹੈ ਉਹ ਵਧੀ ਹੈ। ਮੈਂ ਜ਼ਰੂਰ ਪੁੱਛਣਾ ਚਾਹਾਂਗਾ, ਹੁਣ ਆਉਣ ਵਾਲੀ ਦੀਵਾਲੀ ਹੈ, ਦੀਵਾਲੀ ਦੇ ਅੰਦਰ ਜਿਸ ਤਰ੍ਹਾਂ ਬਾਕੀ ਸਟੇਟਾਂ ਨੇ ਵੀ ਕੀਤਾ, ਖਾਸ ਕਰਕੇ ਅਗਰ ਅਸੀਂ ਦਿੱਲੀ ਦੀ ਗੱਲ ਕਰੀਏ, ਦਿੱਲੀ ਨੇ ਵੀ ਕਿਹਾ ਵੀ ਜਿਹੜੇ ਕਰੈਕਰਸ ਆ ਗ੍ਰੀਨ ਕਰੈਕਰ ਚਲਾਉਣੇ ਚਾਹੀਦੇ ਆ ਤਾਂ ਕਿ ਸਾਡਾ ਵਾਤਾਵਰਨ ਸ਼ੁੱਧ ਰਹੇ। ਪਿਛਲੇ ਸਾਲ ਵੀ ਹੋਈ ਸੀ, ਇਸ ਸਾਲ ਤੁਹਾਡੇ ਲੁਧਿਆਣਾ ਵਾਸੀਆਂ ਨੂੰ ਕੀ ਆਦੇਸ਼ ਰਹੇਗਾ, ਕਿਸ ਤਰੀਕੇ ਦੇ ਜਿਹੜੇ ਕਰੈਕਰ ਚਲਾਉਣੇ ਚਾਹੀਦੇ ਤਾਂ ਕਿ ਉਹਦੇ ਵਿੱਚ ਸੇਫ ਵੀ ਰਹਿਣ ਅਤੇ ਆਪਾਂ ਵਾਤਾਵਰਨ ਵੀ ਸ਼ੁੱਧ ਰਹੇ? ਦੇਖੋ 2016 ਤੋਂ ਹਾਈ ਕੋਰਟ ਦੇ ਹਰ ਵਾਰ ਆਦੇਸ਼ ਆ ਰਹੇ ਨੇ, ਉਹਨਾਂ ਆਦੇਸ਼ਾਂ ਦੇ ਤਹਿਤ 2 ਘੰਟੇ ਹੀ ਜਿਹੜੇ ਹੈਗੇ ਆ ਪਟਾਕੇ ਚਲਾਉਣ ਦੀ ਆਗਿਆ ਹੁੰਦੀ ਹੈ, ਔਰ ਸ਼ਾਮੀ 8 ਵਜੇ ਤੋਂ 10 ਵਜੇ ਤੱਕ। ਪਹਿਲੀ ਵਾਰੀ ਜਦੋਂ ਇਹ ਆਦੇਸ਼ ਆਇਆ ਸੀਗਾ ਸਾਨੂੰ ਇੱਦਾਂ ਲੱਗਿਆ ਕਿ ਵੀ ਸ਼ਾਇਦ ਲੋਕ ਕਿੱਦਾਂ ਇਹਨੂੰ ਰਿਸੀਵ ਕਰਨਗੇ ਕਿੱਦਾਂ ਨਹੀਂ ਕਰਨਗੇ, ਬਟ ਮੈਨੂੰ ਖੁਸ਼ੀ ਹੈ ਤੁਹਾਡੇ ਨਾਲ ਸਾਂਝੇ ਕਰਦੇ ਹੋਏ ਕਿ ਸਕੂਲਾਂ ਵਗੈਰਾ ਨੇ ਵੀ ਇਹਦੀ ਮੁਹਿੰਮ ਚਲਾਈ, ਖਾਸਕਰ ਬੱਚੇ ਕਿਉਂਕਿ ਪਟਾਕੇ ਚਲਾਉਂਦੇ ਆ ਉਹਨਾਂ ਤੱਕ ਵੀ ਮਾਂ ਪਿਓ ਤੱਕ ਇਹ ਗੱਲ ਗਈ। ਲੋਕਾਂ ਨੇ ਜ਼ਿਆਦਾਤਰ 8 ਤੋਂ 10 ਤੱਕ ਦਾ ਜਿਹੜਾ ਹੈਗਾ ਉਹਨੂੰ ਟਾਈਮ ਨੂੰ ਫੋਲੋ ਕੀਤਾ, ਇਵੇਂ ਜ਼ਿਕਰ ਹੀ ਗੁਰਪੁਰਬ ਦੇ ਟਾਈਮ 'ਤੇ ਵੀ, ਨਿਊ ਈਅਰ ਦੇ ਟਾਈਮ 'ਤੇ ਵੀ, ਜੋ ਵੀ ਸਰਕਾਰ ਵੱਲੋਂ ਟਾਈਮ ਦਿੱਤਾ ਜਾਂਦਾ ਉਹਨੂੰ ਲੋਕ ਫੋਲੋ ਕਰਦੇ ਆ।
मैं तुहाडे माध्यम राही लोगों को यह अपील करदा कि जिहड़े लिमिटेड आज ने उस ची पटाके चलाए जाण। इस बार जिहड़े पटाकियां दे इंपोर्ट करन ते भी सरकार वल्लों मनाई है और नंबर ऑफ जिहड़े वेंडर्स ने वह मानयोग हाईकोर्ट ने 20% लिमिट करते सी 2016 की जिहड़ी संख्या सी। हर वार असी ड्रॉ कढ़दे हां, इस वार भी ड्रॉ कढ़िया जाणा, ऑलरेडी उहदा इश्तिहार असी दित्ता होया। सो जो भी हदायतां ने उन्हां दी पालना करांगे। बाकी ये समाजिक रौह रीतां जिहड़ियां हुंदियां ने इन्हां नूं चेंज हुंदे थोड़ा समा लगदा, हौली हौली ये ढलाण वल है। पटाके अगर तुसीं देखो तो हर साल नालों घट रहे हैं। जे तो किसानां दी भी आपां गल करिए, तुसीं ये देखो भी इस बार तुसीं खुद ही मन्नोगे कि ऑलरेडी जिहड़ी हैगी है 17 लाख मीट्रिक टन चों 9 लाख मीट्रिक टन असीं हुण तक खरीद कर चुके हैं 60% दे करीब। उहदे बावजूद जिहड़े पराली साड़न दे इंस्टांस ने पिछले सालों नालों घटे ने, प्रदूषण भी घटिया हैगा। सो इहदे लई मैं लुधियाणे दे जिहड़े सूझवान किसान ने, आम लोग ने, उन्हां दा थैंक्स करदा और उम्मीद करदा कि दिवाली ते भी वो इदां दा ही जिहड़ा संजम है वह वरतणगे। दशहरे ते तुसीं देखिया लोगों नूं इह उम्मीद सीगी कि पता नहीं किन्ना क भीड़ लग जूगी, 70 दी थां ते 7 दशहरे होए, 7 दशहरियां ते भी विरले टावें लोग आए। ये दशहरा कमेटियां दी भी एक बहुत वड्डी ध्यानतदारी है कि उन्होंने बहुते लोगों नूं बुलाया नहीं, लोगों की भी सियाणप है। इस तरह ही मैनूं लगता है कि इस बार दिवाली ते भी लोग प्यार ते सांझ ते मिठाई वध वंडणगे, पटाखे वाला काम घट करनगे। मैं जरूर अंत विच लास्ट ते करना कि तुसीं जिहड़े बच्चे जिथे तुसीं IAS कीता, जिहड़े बच्चे हुण IAS करना चाहुंदे जां कर रहे ने, उहनां दी तुसीं की सुनेहा देना चाहोगे? क्योंकि तुसीं भी बहुत एक नविकला अपनी पंजाब मां बोली नूं अगे रख के एग्जाम दित्ता ते टॉप भी कीता, ते की कहना चाहोगे उहनां लई? IAS लड़कियां लई जरूर एक सुनेहा दिओ। देखो गल इह है वी इह जिहड़ी प्रीख्या हैगी है, नो डाउट ये पूरे क्योंकि देश भर च हुंदी है, बहुत सारे लखां लोग इस हिस्सा लैंदे है, औखी मन्निया जांदा प्रीख्या नूं। बट जे कोई दृढ़ निश्चा कर लवे, टाइम तो पढ़ना शुरू कर दे, तो उहदे लई कोई औखा नहीं। बट इहदे लई कल्ला किताबी ज्ञान नहीं, अपने छोटे ही बच्चों तो जदों 9वीं 10वीं च हो जाते हैं उदों तो ही अखबार वगैरह मैगजीनस वगैरह पढ़ना शुरू करे बच्चा, जनरल रीडिंग ते जोर दे, अपनी जिहड़ी भाषा है लिखण दी भी बोलण दी भी दोनों ते चंगा कंट्रोल होए तो जरूर कर सकते हैं। दूजी गल है कि कई बार कॉन्वेंटा चो पढ़ के बच्चे वो कहिंदे भी असीं भी पंजाबी चो कर लिए भी शायद पता नहीं सौखा सौखा या औखा कुछ नहीं हुंदा, उन्होंने तो तुहाडा ज्ञान ते तुहाडा लिखण दा स्टाइल ही चैक करना। सो जिस करके जे कोई अंग्रेजी चो पढ़िया अंग्रेजी च, हिंदी चो पढ़िया हिंदी च, पर जिहड़े पंजाबी चो मेरे वीर पढ़े ने वह सरकारी स्कूलों क्योंकि पंजाबी माध्यम ही चलता, वो इस संग ना करन, क्योंकि जिहड़े 8वें शड्यूल च भाषावां शामिल ने वो किसी भी भाषा से तुम प्रीख्या लिख सकते हो, तो सफलता जरूर थोड़े कदम चुमेगी। हाँ जी, हाँ लास्ट में जिस तरह तुम सफल व्यक्ति हो, कहते सफलता के पिछे हर व्यक्ति के पिछे कोई ना कोई राज हों, किसी का किसी का हाथ हों, कितों ना कितों इंस्पायर जरूर हों, इंस्पायरेशन तुम कितों मिली लास्ट में, तो यह सफलता का जरा सेहरा कि देना चाहते हो? बहुत लोग ने, सब तो व्डा सेहरा तो मेरे माँ प्यो ने, खासकर मेरी माँ जिन्होंने मैं काफ़ी हद तक पढ़न च मदद की। फिर उस तो बाद लाइफ के थोड़े टीचर तुम मिलते हैं, खासकर जोशी साहब जिन्होंने मैं पंजाबी लई, बंस साहब जिन्होंने बाकी सब्जेक्ट्स लिए टीच किया, और मेरे धर्म पत्नी और मेरे कुलीग्स तो मैं बहुत कुछ सीखिया, वो चाहे साडे मुलाजम हो या टीम मैंबर हो। एक्चुअली बाहर लोगों से बड़ा भुलेखा रहा, DC नहीं काम करता, एक संस्था ही हैगी है, सारी टीम इन्ने सारे अफसर नाल लगे होंगे ने, सारे काम करते हैं, ता जाके मशीनरी जी ठीक तरह चलती है, ये कल्ले बंदे का काम नहीं। शर्मा जी बहुत बहुत टाइम दिता, डी साहब मैं थोड़ा अपनी टीम वालों बहुत बहुत धन्यवाद करता कि अपना कीमती समय कट के तुम समझ दिता और दर्शकों भी दसिया, और मैं तो बड़ा इंस्पायर होना थोड़ी गलों तो मैं लगता दर्शक भी बहुत इंस्पायर हुए होंगे। तो वाकई तुम जिदा सिद्ध किया कि ज्ञान जोड़ा है वह किसी भाषा का मुहताज नहीं होंगे, तो आने वाले समय के भी असी साडिया गुड विशेज थोड़े नाल आ कि तुम और अगे वधो, तो अपनी पंजाबी बोली माँ बोली ने भी अगे वधाओ, तो सारा लोगों की भी सेवा इस तरीके करते रहो। इन्होंने शब्द नाल ही मैं अपनी टीम बलविंदर ते देवराज नाल राजेश मेहरा तुहाडे कोल इजाजत चाहना, सत श्री अकाल, धन्यवाद।